ਬੀਤੀ ਸ਼ਾਮ ਲਹਿਰ ਕ੍ਰਾਂਤੀ ਹਿਊਮਨ ਬੀਚਕ ਵੈਲਫੇਅਰ ਸੁਸਾਇਟੀ ਪੰਜਾਬ ਦੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ, ਜੋ ਉਪ ਪ੍ਰਧਾਨ ਵੁਮੈਨ ਵਿੰਗ ਤਰੁਣ ਕੁਮਾਰੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਸਰਨਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਨੇ ਲੋਕਲ ਸਮੱਸਿਆਵਾਂ ਜਿਵੇਂ ਨਸ਼ਿਆਂ ਦੇ ਸ਼ਹਿਰ ਵਿੱਚ ਥਾਂ ਥਾਂ ਲੱਗੇ ਗੰਦਗੀ ਦੇ ਢੇਰ, ਜੋ ਬਿਮਾਰੀਆਂ ਨੂੰ ਸਦਾ ਦੇ ਰਹੇ ਹਨ, ਤੇ ਚਿੰਤਾ ਵਿਅਕਤ ਕੀਤੀ। ਉਨ੍ਹਾਂ ਆਪਣੇ ਸਾਥੀਆਂ ਨੂੰ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਦੈਵ ਤਤਪਰ ਰਹੀਏ ਅਤੇ ਸੰਸਥਾ ਦੇ ਵਾਧੇ ਲਈ ਪੁਰਜ਼ੋਰ ਕੋਸ਼ਿਸ਼ ਕਰਦੇ ਰਹੀਏ। ਇਸ ਮੌਕੇ ਡਾਕਟਰ ਭਗਵਾਨ ਸਿੰਘ ਜਨਰਲ ਸਕੱਤਰ, ਮਨਦੀਪ ਵਾਲੀਆ ਔਰਗੇਨਾਈਜੇਸ਼ਨ ਸਕੱਤਰ, ਪਰਮਜੀਤ ਕੌਰ, ਤਜਿੰਦਰ ਸਿੰਘ ਕੈਸ਼ੀਅਰ ਆਦਿ ਹਾਜ਼ਰ ਸਨ। ਨਿਊਜ਼ ਇੰਡੀਆ ਟਾਈਮ ਲਈ ਕੈਮਰਾਮੈਨ ਆਕਾਸ਼ਦੀਪ ਦੀ ਰਿਪੋਰਟ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੱਥੋਂ ਤੱਕ ਵੀ ਮੇਰੀ ਆਵਾਜ਼ ਆਉਂਦੀ ਹੈ, ਮੈਂ ਲਹਿਰ ਕ੍ਰਾਂਤੀ ਹਿਊਮਨ ਬੀਂਗ ਵੈਲਫੇਅਰ ਸੁਸਾਇਟੀ ਪੰਜਾਬ ਪ੍ਰੈਜ਼ੀਡੈਂਟ ਸਰਜਾਨ ਸਿੰਘ, ਮੇਰੇ ਨਾਲ ਬੈਠੇ ਆ ਡਾਕਟਰ ਭਗਵਾਨ ਜੀ ਜਨਰਲ ਸੈਕਟਰੀ ਪੰਜਾਬ, ਅਤੇ ਇੱਧਰ ਮੇਰੇ ਨਾਲ ਬੈਠੇ ਆ ਤਰਨ ਕੁਮਾਰੀ ਵਾਈਸ ਪ੍ਰੈਜ਼ੀਡੈਂਟ ਵੂਮੈਨ ਬੀਂਗ ਪੰਜਾਬ, ਮਨਦੀਪ ਵਾਲੀਆ ਜੋ ਔਰਗਨਾਈਜ਼ਰ ਸੈਕਟਰੀ, ਫਾਈਨੈਂਸ ਸੈਕਟਰੀ ਡਾਕਟਰ ਆਪਣੇ ਫਾਈਨੈਂਸ ਸੈਕਟਰੀ ਤਜਿੰਦਰ ਜੀ ਵੀ ਨਾਲ ਬੈਠੇ ਨੇ, ਅਤੇ ਅਸੀਂ ਇਕੱਠੇ ਹੋਏ ਇੱਕ ਵਾਰੀ ਕਿਉਂਕਿ ਐਕਟੀਵਿਟੀ ਜ਼ਰੂਰੀ ਹੈ ਅਤੇ ਟਾਈਮ ਨਿਊਜ਼ ਇੰਡੀਆ ਦਾ ਵੀ ਮੈਂ ਧੰਨਵਾਦੀ ਹਾਂ ਇੱਕ ਵਾਰੀ ਫਿਰ ਇਹਨਾਂ ਨਾਲ ਮੁਲਾਕਾਤ ਹੋਈ ਹੈ ਅਤੇ ਪੰਜਾਬੀ ਅਤੇ ਪੁਲਿਸ ਸਾਹਿਬ ਨੂੰ ਕਾਰਵਾਈ ਕਰ ਲਈ। ਦੂਜੀ ਗੱਲ ਹੈ, ਸਭ ਤੋਂ ਵੱਡੀ ਜਿਹੜੀ ਦੇਸ਼ ਦੇ ਅੰਦਰ ਜਿਹੜੀ ਸਮੱਸਿਆ ਦਹੇਜ ਦੀ, ਦਹੇਜ ਵਾਸਤੇ ਜਿਹੜੀ ਲੜਕੀਆਂ ਨੂੰ ਤੰਗ ਕੀਤਾ ਜਾ ਰਿਹਾ, ਬਹੁਤ ਬੁਰੀ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਉਸ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ, ਕਿਉਂਕਿ ਮੈਂ ਦਹੇਜ ਦੇ ਇੱਕ ਵਿਰੋਧੀ ਹਾਂ ਬਹੁਤ ਬੜਾ। ਨਾ ਦਹੇਜ ਲੈਣਾ ਚਾਹੀਦਾ, ਨਾ ਹੀ ਦੇਣਾ ਚਾਹੀਦਾ, ਕਿਉਂਕਿ ਅਸੀਂ ਅੱਜ ਦਹੇਜ ਦੇਵਾਂਗੇ ਤਾਂ ਉਹਨਾਂ ਦੀ ਡਿਮਾਂਡ ਵਧੂਗੀ, ਜਿਹਦੇ ਨਾਲ ਅਸੀਂ ਜਿਹੜੀਆਂ ਬੱਚੀਆਂ ਨੇ ਸਾਡੀਆਂ ਲੜਕੀਆਂ ਨੇ ਉਹਨਾਂ ਨੂੰ ਇੱਕ ਐਜੂਕੇਟਡ ਕਰਕੇ ਚੰਗੇ ਅਹੁਦਿਆਂ 'ਤੇ ਜਾਂ ਉਹਨਾਂ ਨੂੰ ਆਪਣੇ ਪੈਰਾਂ 'ਤੇ ਅਸੀਂ ਖੜ੍ਹੇ ਕਰੀਏ। ਦੂਜੀ ਗੱਲ ਹੈ ਨਸ਼ਾ, ਜਿਹੜਾ ਨਸ਼ਾ ਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਵਿਕ ਰਿਹਾ ਨਸ਼ਾ, ਥਾਂ ਥਾਂ ਮਿਲ ਰਿਹਾ, ਇੱਥੇ ਤੱਕ ਮੇਰੀ ਨੌਲੇਜ 'ਚ ਹੈ ਆਮ ਟੀਕੇ, ਮੈਂ ਰਸਤੇ 'ਚ ਆਉਂਦਾ ਨਹੀਂ ਕਿ ਗੋਬਿੰਦਗੜ੍ਹ ਤੋਂ, ਤਾਂ ਉਹ ਕਈ ਵਾਰੀ ਟੀਕੇ ਵੀ ਲਗਾ ਕੇ ਕੋਈ ਗਿਰਿਆ ਪਿਆ ਹੁੰਦਾ, ਕੋਈ ਕਿੱਧਰ ਕੋਈ ਕਿੱਧਰ ਕਿੱਧਰਲੀ ਸਾਈਡਾਂ 'ਚ, ਤਾਂ ਨਸ਼ਾ ਜਿਹੜੀ ਵੀ ਹੈਗੀ ਓਵਰਡੋਜ਼ ਨਾਲ ਮੌਤਾਂ ਵੀ ਹੋ ਰਹੀਆਂ ਨੇ, ਅਸੀਂ ਨਿਊਜ਼ਾਂ 'ਚ ਦੇਖਦੇ ਹਾਂ। ਇਸ ਵੱਲ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਸਰਕਾਰਾਂ 'ਤੇ ਵੀ ਸਾਰਾ ਸਾਨੂੰ ਛੱਡਣਾ ਚਾਹੀਦਾ। ਦੂਜੀ ਗੱਲ ਹੈ, ਆਉਣ ਵਾਲੇ ਸਮੇਂ 'ਚ ਨਗਰ ਨਿਗਮ ਦੀਆਂ ਜਿਹੜੀਆਂ ਇਲੈਕਸ਼ਨ ਆ ਰਹੇ ਨੇ ਅਤੇ ਮੈਨੂੰ ਕਰ ਲੋ ਵੀ ਇਹ ਪਟਿਆਲਾ ਲੁਧਿਆਣੇ 'ਚ, ਅਤੇ ਮੈਂ ਕੋਈ ਪੋਲੀਟੀਸ਼ੀਅਨ ਨਹੀਂ ਹੈਗਾ, ਨਾ ਮੇਰੇ ਕਿਸੇ ਵੀ ਪਾਰਟੀਆਂ ਨਾਲ ਕੋਈ ਲਿੰਕ ਨਹੀਂ ਹੈਗਾ, ਠੀਕ ਹੈ, ਅਤੇ ਮੈਂ ਉਹਨਾਂ ਨੂੰ ਸਾਫ਼ ਕਲੀਅਰ ਕਰਨਾ ਚਾਹੁੰਦਾ, ਜਿੱਥੇ ਕੋਈ ਵਧੀਆ ਉਮੀਦਵਾਰ ਹੈ ਜਿਹੜਾ ਕੰਮ ਕਰ ਰਿਹਾ ਤੁਹਾਡੇ ਹਲਕੇ ਵਾਸਤੇ, ਤੁਹਾਡੇ ਵਾਰਡ 'ਚ ਜਿਹੜਾ ਵਧੀਆ ਕੰਮ ਕਰਦਾ, ਉਹਨੂੰ ਵੋਟ ਪਾਓ ਤੁਸੀਂ, ਠੀਕ ਹੈ। ਕਿਸੇ ਦਾ ਮੈਂ ਸਮਰਥਨ ਨਹੀਂ ਹੈਗਾ, ਨਾ ਮੇਰੇ ਕੋਈ ਪੋਲੀਟਿਕਸ ਪਾਰਟੀ ਹੈ, ਮੈਂ ਤੁਹਾਨੂੰ ਗੱਲ ਕਲੀਅਰ ਕਰ ਦੇਣਾ ਚਾਹੀਦਾ, ਸਾਡਾ ਕਿਸੇ ਨਾਲ ਕੋਈ ਲਿੰਕ ਨਹੀਂ ਸੀ, ਸੋਸ਼ਲ ਵਰਕਰ ਸਾਡੀ ਸੰਸਥਾ, ਠੀਕ ਹੈ, ਕੋਈ ਜ਼ਿਆਦਾ ਬੰਦਾ ਕਿਤੇ ਵੀ ਪਾ ਸਕਦਾ। ਇੰਨੀ ਗੱਲ ਕਹਿੰਦੇ ਹਾਂ, ਮੈਂ ਸਾਰਿਆਂ ਨੂੰ ਧੰਨਵਾਦੀ ਹਾਂ, ਛੋਟੀ ਭੈਣ ਤਰਨ ਕੁਮਾਰੀ ਦਾ, ਡਾਕਟਰ ਭਗਵਾਨ ਜੀ ਜਾਨ ਸਿੰਘ, ਸਾਰੀ ਮੇਰੀ ਫੈਮਿਲੀ ਇੱਕ ਤਰ੍ਹਾਂ ਦਾ ਪਰਿਵਾਰ ਹੈ, ਛੋਟੀ ਭੈਣ ਹੈ ਮੇਰੀ, ਇਹਨਾਂ ਦੇ ਮੇਰੇ ਸਿਰ 'ਤੇ ਹੱਥ ਹੈ ਅਤੇ ਮੇਰੇ ਭਰਾ ਹੀ ਬੈਠਿਆ ਸਮਝ ਲਓ। ਔਰਗਨਾਈਜੇਸ਼ਨ ਇੱਕ ਪਰਿਵਾਰ ਵਾਂਗ ਹੁੰਦੀ ਹੈ ਅਤੇ ਇੱਕ ਇਹਨੂੰ ਪਰਿਵਾਰ ਵਾਂਗ ਸਮਝ ਕੇ ਚਲੋ, ਇੱਕ ਦੂਜੇ ਦੇ ਨਾਲ ਅਸੀਂ ਸਹਿਯੋਗ ਕਰੀਏ ਅਤੇ ਵੱਧ ਤੋਂ ਵੱਧ ਜ਼ਿਆਦਾ ਜਿੰਨੀ ਮੀਟਿੰਗ 'ਤੇ ਉਹਨਾਂ ਤੱਕ ਪਹੁੰਚਣ, ਉਸ ਟਾਈਮ ਜਿਹੜੀ ਸੰਖਿਆ ਘੱਟ ਹੁੰਦੀ ਹੈ, ਹੁਣ ਟਾਈਮ ਰਾਤ ਦਾ ਟਾਈਮ ਇਸ ਟਾਈਮ, ਅਗਲੀ ਜਿਹੜੀ ਇੱਕ ਵੱਡੀ ਅਸੀਂ ਮੀਟਿੰਗ ਨੂੰ ਕਰਾਂਗੇ ਜਲਦੀ, ਉਸ 'ਤੇ ਮੈਂ ਡਿਸੀਜਨ ਦੂੰਗਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਿਊਮਨ ਬੀਂਗ ਲਹਿਰ ਕ੍ਰਾਂਤੀ ਦਾ ਵਾਇਸ ਸੈਕਟਰੀ ਹੋਣ ਦੇ ਨਾਤੇ ਸਰਚੰਦ ਸਿੰਘ ਦੇ ਨਾਲ ਮੋਹਰੇ ਦਾ ਮੋਹਰਾ
ਮੇਨ ਮੁੱਦਾ ਨਸ਼ਿਆਂ ਖਿਲਾਫ, ਦਹੇਜ ਪ੍ਰਥਾ ਦੇ ਖਿਲਾਫ, ਕਿਸੇ ਵੀ ਧੀ ਭੈਣ ਨਾਲ ਕੋਈ ਧੱਕਾ ਹੁੰਦਾ ਹੋਵੇ ਜਾਂ ਕੋਈ ਵੀ ਕਿਸੇ ਦਫ਼ਤਰ ਦੇ ਵਿੱਚ ਕਿਸੇ ਦੀ ਸੁਣਵਾਈ ਨਾ ਹੁੰਦੀ ਹੋਵੇ, ਉਸ ਵਿਸ਼ੇ ਦੇ ਉੱਤੇ ਅਸੀਂ ਕੰਮ ਕਰਦੇ ਹਾਂ। ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਤਾਂ ਸਮਾਜ ਭਲਾਈ ਦੇ ਕੰਮ ਕਰਦੇ ਹਾਂ, ਉਹ ਕਰਦੇ ਰਹੋ। ਥੈਂਕ ਯੂ। Thank you.